السلام علیکم ورحمۃ اللہ وبرکاتہ۔ ناظرین، اس وقت ہم مدینہ شریف میں مرکزیہ کے قریب ایک ہوٹل میں موجود ہیں۔ ہمارے ساتھ اس وقت تشریف فرما حافظ محمد ہارون یاسر بگوی صاحب، ان کے ساتھ شاعر اسلام حافظ سلیمان ربانی صاحب، ان کے ساتھ قاری محمد عبید اللہ احسن کمبو صاحب، ان کے ساتھ مولانا عبد اللطیف عابد کمبو صاحب، اور ان کے ساتھ مولانا سلیم تبسم صاحب۔ تو ماشاءاللہ ساری کمبو برادری الحمدللہ اکٹھی ہوئی ہے۔ اس کمبو برادری کا اکٹھے ہونے کی وجہ سے آج یہ محفل سجائی گئی ہے۔ اس محفل ان کے بعد ہمارے ایک معزز مہمان حافظ محمد ہارون یاسر بگوی صاحب کے چھوٹے بھائی قاری خلیل الرحمان ربانی صاحب، الحمدللہ وہ بھی رونق محفل ہیں۔ اب ہم اپنے اس محفل کا آغاز تلاوت قرآن کریم سے کرتے ہیں، تو تلاوت قرآن کریم کے لیے میں دعوت دیتا ہوں حافظ محمد ہارون یاسر بگوی صاحب۔ باللہ من الشیطان الرجیم، بسم اللہ الرحمن الرحیم۔ سبحان اللہ۔ لإيلاف قريش إيلافهم رحلة الشتاء والصيف، فليعبدوا رب هذا البيت الذي أطعمهم من جوع وآمنهم من خوف۔ صدق اللہ العظیم۔ جی ناظرین، آپ نے تلاوت قرآن کریم سنی، اس کے بعد نعتیہ کلام پیش کرنے کے لیے میں دعوت دیتا ہوں قاری عبید اللہ احسن کمبو صاحب کو کہ وہ تھوڑے سے دو چار چار چفیرے پیا سونے دیا تمانی، خلق مٹھا سو شہد کر دیتا تمانی، جے اللہ لے آوے موقع میں قدم جا چمانی، ہو جائے سمسام اتے فضل غفار دام، ہو جائے کمبو برادری اتے فضل غفار دام۔ مقام مصطفیٰ زندہ باد، قاری عبید اللہ احسن صاحب زندہ باد، شان مکہ مدینہ زندہ باد، عظمت مکہ مدینہ زندہ باد، مکہ مدینہ ویکھ کے ٹھردا ہے سینہ زندہ باد، نام محمد والا کال جے ٹھار دام، انج تے تو پاویں سارے کافرانو مار دے، میں نیوں راضی ہونا بھامے مکہ اجار دے، سن کے تے ہوش کھلی حمزہ سردار دی، جے انج تو راضی میرے آ سونے تاریا، کلمہ پڑھا دے مینوں
ਮੈਨੂੰ ਰੱਬ ਦੇ ਪਿਆਰਿਆ ਸਰਵਰ ਪੜਾਇਆ ਕਲਮਾ ਨਾਰਾ ਮੋਮਨਾਂ ਨੇ ਮਾਰਿਆ ਲਾ ਇਲਾਹਾ ਵਾਲੀ ਬੋਲੀ ਕਾਲ ਜੇ ਠਾਰ ਦੀ ਦਿਲ ਕਰਦਾ ਮੈਂ ਸਿਫਤ ਕਰਾਂ ਉਸ ਪੀਰ ਦੀ ਦਿਲ ਕਰਦਾ ਮੈਂ ਸਿਫਤ ਕਰਾਂ ਉਸ ਪੀਰ ਦੀ ਜਿਸ ਦੀ ਉਂਗਲੀਆਂ ਰੋ ਚੰਨ ਨੂੰ ਚੀਰ ਦੀ ਮੇਰਾ ਨਬੀ ਏਡਾ ਸੋਹਣਾ ਸੋਹਣਾ ਤੇ ਕਮਾਲ ਜੇ ਜਿੰਦੀ ਦੁਨੀਆ ਵਿੱਚ ਨਹੀਂ ਕੋਈ ਮਿਸਾਲ ਜੇ ਹਾਜੀ ਅਬਦੁਲ ਰਜ਼ਾਕ ਕੰਬੋ ਸਾਹਿਬ ਗੌਰ ਕਰਿਆ ਜੇ ਤਵੱਜੋ ਫਰਮਾਇਆ ਜੇ ਆਸਨ ਸੀਡੀ ਸੈਂਟਰ ਲਾਹੌਰ ਵਾਲੇ ਸੋਹੋ ਰੱਬ ਦੀ ਨਬੀਆਂ ਦਾ ਸਰਦਾਰ ਬੜਾ ਤੁਸੀਂ ਕਹਿਣਾ ਸੋਹਣਾ ਸੋਹਣਿਓ ਤੁਸੀਂ ਕਹਿਣਾ ਸੋਹਣਾ ਸੋ ਰੱਬ ਦੀ ਨਬੀਆਂ ਦਾ ਸਰਦਾਰ ਬੜਾ ਸੋਹਣਾ ਸੋ ਰੱਬ ਦੀ ਨਬੀਆਂ ਦਾ ਸਰਦਾਰ ਬੜਾ ਸੋਹਣਾ ਰੱਬ ਖੁਦ ਪਿਆ ਕਹਿੰਦਾ ਏ ਰੱਬ ਆਪ ਪਿਆ ਕਹਿੰਦਾ ਏ ਮੇਰਾ ਯਾਰ ਯਾਰ ਬੜਾ ਮੇਰਾ ਯਾਰ ਸ਼ਾਨੇ ਮੁਸਤਫਾ ਜਿੰਦਾਬਾਦ ਅਜ਼ਮਤ ਮੁਸਤਫਾ ਜਿੰਦਾਬਾਦ ਮੌਲਾ ਕਾਰੀ ਅਬਦੁਲ ਲਤੀਫ ਆਬਦ ਸਾਹਿਬ ਜਿੰਦਾਬਾਦ ਰੱਬ ਆਪ ਪਿਆ ਕਹਿੰਦਾ ਏ ਰੱਬ ਖੁਦ ਪਿਆ ਕਹਿੰਦਾ ਏ ਮੇਰਾ ਯਾਰ ਬੜਾ ਸੋਹਣਾ ਸਭ ਰਸਤੇ ਮਦੀਨੇ ਦੇ ਸਭ ਰਸਤੇ ਮਦੀਨੇ ਦੇ ਇੱਕ ਦੂਜੇ ਤੋਂ ਸੋਹਣੇ ਨੇ ਸਭ ਰਸਤੇ ਮਦੀਨੇ ਦੇ ਇੱਕ ਦੂਜੇ ਤੋਂ ਸੋਹਣੇ ਨੇ ਪਰ ਜਿਹੜਾ ਰੋਜ਼ੇ ਨੂੰ ਜਾਂਦਾ ਏ ਪਰ ਜਿਹੜਾ ਰੋਜ਼ੇ ਨੂੰ ਜਾਂਦਾ ਏ ਉਹ ਬਾਜ਼ਾਰ ਬੜਾ ਸੋਹਣਾ ਉਹ ਬਾਜ਼ਾਰ ਬੜਾ ਉਹ ਬਾਜ਼ਾਰ ਜੂਮ ਜੋ ਹਾਜੀ ਅਬਦੁਲ ਰਜ਼ਾਕ ਕੰਬੋਜ ਸਾਹਿਬ ਬਗਵੀ ਸਾਹਿਬ ਰੱਬਾਨੀ ਸਾਹਿਬ ਸੋ ਰੱਬ ਦੀ ਨਬੀਆਂ ਦਾ ਸੋ ਰੱਬ ਦੀ ਨਬੀਆਂ ਦਾ ਸਰਦਾਰ ਬੜਾ ਸੋਹਣਾ ਰੱਬ ਖੁਦ ਪਿਆ ਕਹਿੰਦਾ ਏ ਮੇਰਾ ਯਾਰ ਬੜਾ ਸੋਹਣਾ ਹੁਣ ਤੁਹਾਡੇ ਸਾਹਮਣੇ ਤਸ਼ਰੀਫ ਲਿਆਉਂਦੇ ਨੇ ਸ਼ੇਰ ਰੱਬਾਨੀ ਕਾਰੀ ਖਲੀਲ ਰੱਬਾਨੀ ਸਾਹਿਬ ਨਾਰਾ ਤਕਬੀਰ ਅੱਲਾਹੁ ਅਕਬਰ ਬੋਲੋ ਯਾਰ ਨਾਰਾ ਤਕਬੀਰ ਅੱਲਾਹੁ ਅਸਲਾਮ ਵਾਲੇਕੁਮ ਰਹਿਮਤੁਲਾਹਿ ਬਰਕਾਤੁਹ ਸਾਥੀਆਂ ਦੇ ਇਸਰਾਰ ਦੇ ਮੁਤਾਬਕ ਮਾਸ਼ਾਅੱਲਾ ਸਾਰੇ ਦੋਸਤ ਅਹਿਬਾਬ ਨੇ ਮੱਕੇ ਮਦੀਨੇ ਦੀ ਸ਼ਾਨ ਦੇ ਬਿਆਨ ਕੀਤੀ ਅਤੇ ਮੈਨੂੰ ਜਿਹੜਾ ਆਰਡਰ ਹੋਇਆ ਉਹ ਮੈਂ ਤੁਸਾਂ ਅਹਿਬਾਬ ਦੇ ਸਾਹਮਣੇ ਦੱਸਣਾ ਕਿ ਸਾਡੇ ਬਰਾਦਰ ਮੁਹਤਰਮ ਸਾਡੇ ਵੱਡੇ ਭਾਈ ਜਾਨ ਕਾਰੀ ਅਰੁਣ ਯਾਸਰ ਬਗਵੀ ਸਾਹਿਬ ਨੇ ਮੈਨੂੰ ਆਰਡਰ ਕੀਤਾ ਕਿ ਤੁਸੀਂ ਨਾ ਸੁਣਾਓ ਕਿ ਵੀ ਕੱਲ੍ਹ ਕੀ ਹੋਣਾ ਮੰਨੀਏ ਰੱਬ ਦੀ ਰਜ਼ਾ ਸਭ ਜਾਣਦਾ ਖੁਦਾ ਨਹੀਂ ਕਿਸੇ ਨੂੰ ਪਤਾ ਕੱਲ੍ਹ ਕੀ ਹੋਵਣਾ ਉਧਰ ਜਾਗ ਸਾਹਿਬ ਜ਼ਰਾ ਜੂਮ ਉਠੋ ਮੰਨੀਏ ਰੱਬ ਦੀ ਰਜ਼ਾ ਕਿਸੇ ਨੂੰ ਕੋਈ ਖਬਰ ਨਹੀਂ ਕੱਲ੍ਹ ਕੀ ਹੋ ਜਾਣਾ
ਅਸੀਂ ਪ੍ਰੋਗਰਾਮ ਬਣਾ ਰਹੇ ਹਾਂ, ਕੱਲ੍ਹ ਨਹੀਂ ਤਾਂ ਪਰਸੋਂ ਅਸੀਂ ਮੱਕੇ ਪਹੁੰਚ ਜਾਣਾ, ਪਤਾ ਨਹੀਂ ਅਸੀਂ ਪਹੁੰਚਣਾ ਕਿ ਨਹੀਂ ਪਹੁੰਚਣਾ, ਸਾਡੀ ਜ਼ਿੰਦਗੀ ਨੇ ਵਫਾ ਕਰਨੀ ਹੈ ਕਿ ਨਹੀਂ ਕਰਨੀ, ਸੁਣੋ ਜ਼ਰਾ ਤਵੱਜੋ ਨਾਲ। ਮੰਨੀਏ ਰੱਬ ਦੀ ਰਜ਼ਾ, ਸਭ ਜਾਣਦਾ ਖੁਦਾ, ਨਹੀਂ ਕਿਸੇ ਨੂੰ ਪਤਾ ਕੱਲ੍ਹ ਕੀ ਹੋਵਣਾ। ਹੋਵੇ ਰੱਬ ਨੂੰ ਜ਼ੁਬਾਨਾਂ, ਲਿਖਿਆ ਪਾਸੇ ਨਹੀਂ ਉਹ ਜਾਣਾ, ਭਾਵੇਂ ਜਿੱਡਾ ਕੋਈ ਸਿਆਣਾ, ਹੋ ਜਾਂਦੀ ਖਤਾ, ਨਹੀਂ ਕਿਸੇ ਨੂੰ ਪਤਾ ਕੱਲ੍ਹ ਕੀ ਹੋਵਣਾ। ਮੰਨੀਏ ਰੱਬ ਦੀ ਰਜ਼ਾ, ਸਭ ਜਾਣਦਾ ਖੁਦਾ, ਨਹੀਂ ਕਿਸੇ ਨੂੰ ਪਤਾ ਕੱਲ੍ਹ ਕੀ ਹੋਵਣਾ। ਅਸਲਾਮ ਅਲੈਕੁਮ। ਮਾਸ਼ਾਅੱਲਾ ਜੀ, ਇਹ ਕਾਰੀ ਮੁਹੰਮਦ ਖਲੀਲ ਰਬਾਨੀ ਸਾਹਿਬ, ਜੋ ਬਰਾਦਰੇ ਅਸਗਰ ਹਾਫਿਜ਼ ਮੁਹੰਮਦ ਹਾਰੂਨ ਯਾਸਰ ਬਗਵੀ ਸਾਹਿਬ ਕੇ ਥੇ। ਤੋ ਅਬ ਮੈਂ ਸ਼ਾਇਰ ਸਲਾਮ ਹਾਫਿਜ਼ ਸੁਲੇਮਾਨ ਰਬਾਨੀ ਸਾਹਿਬ ਸੇ ਦਰਖਾਸਤ ਕਰੂੰਗਾ, ਸਲਮਾਨ ਰਬਾਨੀ ਸਾਹਿਬ ਸੇ ਦਰਖਾਸਤ ਕਰੂੰਗਾ ਕਿ ਹਮੇ ਵੋ ਖਾਨਾ ਕਾਬਾ ਕੇ ਦੋ ਇਮਾਮੋਂ ਕੀ ਤਰਜ਼, ਉਨਕੇ ਸਾਥ ਸਾਥ ਮਸਜਿਦ ਨਬਵੀ ਕੇ ਏਕ ਇਮਾਮ ਕੀ ਤਰਜ਼, ਇਹ ਤਿੰਨੋਂ ਤਰਜ਼ੇ ਸੁਣਾ ਕਰ ਮਾਇਕ ਹਮਾਰੇ ਹਵਾਲੇ ਕਰੇਂ। ਉਸਕੇ ਬਾਅਦ ਇਨਸ਼ਾਅੱਲਾ ਥੋੜ੍ਹਾ ਸਾ ਸਿਲਸਿਲਾ ਉਰਦੂ ਖਤੀਬੋਂ ਕਾ ਚੇਂਜ ਕਰਕੇ ਫਿਰ ਪੇਸ਼ ਕਰੇਂਗੇ। ਅਸਲਾਮ ਅਲੈਕੁਮ ਰਹਿਮਤੁਲਲਾਹ ਬਰਕਾਤੁਹ। ਜੀ ਜੀ ਕਾਰੀ ਸਾਹਿਬ, ਜੀ ਮੈਂ ਇਨਸ਼ਾਅੱਲਾ ਤਾਲਾ ਹਜ਼ਰਤ ਅਬਦੁਰਰਹਮਾਨ ਅਸੁਦੈਸ ਹਾਫਿਜ਼ਹੁਲਾਹ ਤਾਲਾ ਇਮਾਮ ਕਾਬਾ ਔਰ ਉਨਕੀ ਤਰਫ ਸੁਣਾਊਂਗਾ ਔਰ ਮੁਹਤਰਮ ਸ਼ੇਖ ਮਾਹਿਰ ਅਲ ਮਾਇਕਲੀ ਹਾਫਿਜ਼ਹੁਲਾਹ ਤਾਲਾ ਔਰ ਸ਼ੇਖ ਅਸਊਦ ਅਸ਼ੁਰੈਮ ਹਾਫਿਜ਼ਹੁਲਾਹ ਤਾਲਾ ਔਰ ਇਮਾਮ ਮਸਜਿਦ ਨਬਵੀ ਮੁਹਤਰਮ ਅਲੀ ਬਿਨ ਅਬਦੁਲਰਹਿਮਾਨ ਅਲ ਹੁਜ਼ੈਫੀ ਹਾਫਿਜ਼ਹੁਲਾਹ ਤਾਲਾ, ਉਨਕੀ ਤਰਫ ਮੈਂ ਕੁਰਾਨ ਪਾਕ ਸੁਣਾਊਂਗਾ। ਤੋ ਆਜ ਕਾ ਯੇ ਅਜ਼ੀਮ ਸ਼ਾਨ ਬਾਬਰਕਤ ਪ੍ਰੋਗਰਾਮ ਜੋ ਕਿ ਮਦੀਨਾ ਤੁਰ ਰਸੂਲ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਮੇਂ ਇਨੇਕਾਤ ਪਜ਼ੀਰ ਹੈ। ਮੇਰੇ ਪਿਆਰੇ ਪਿਆਰੇ ਭਾਈ ਦੋਸਤ ਤਸ਼ਰੀਫ ਫਰਮਾ ਹੈ, ਬਿਲਖਸੂਸ ਬਰਾਦਰੀ ਅਕਬਰ ਮੁਹਤਰਮੁਲ ਮੁਕਾਮ ਹਜ਼ਰਤ ਮੌਲਾਨਾ ਕਾਰੀ ਮੁਹੰਮਦ ਹਾਰੂਨ ਯਾਸਰ ਬਗਵੀ ਸਾਹਿਬ ਹਾਫਿਜ਼ਹੁਲਾਹ ਤਾਲਾ, ਦੁਆ ਫਰਮਾਏ ਅੱਲਾਹ ਤਾਲਾ ਇਨਕੋ ਸਿਹਤ ਵਾਲੀ, ਈਮਾਨ ਵਾਲੀ, ਸਲਾਮਤੀ ਵਾਲੀ ਜ਼ਿੰਦਗੀ ਅਤਾ ਫਰਮਾਏ ਔਰ ਅੱਲਾਹ ਤਾਲਾ ਇਨਕੀ ਜ਼ੁਬਾਨ ਮੇਂ ਮਜ਼ੀਦ ਤਸੀਰ ਪੈਦਾ ਫਰਮਾਏ। ਇਨਕੀ ਵਜ੍ਹਾ ਸੇ ਅੱਲਾਹ ਤਾਲਾ ਲੋਗੋਂ ਕੋ ਦੀਨ ਪੇ ਰਸਤੇ ਦੀਨ ਕੇ ਰਸਤੇ ਪੇ ਲਾਏ, ਅੱਲਾਹ ਤਾਲਾ ਇਨਕੋ ਸਲਾਮਤ ਰੱਖੇ। ਤੋ ਇਨਸ਼ਾਅੱਲਾ ਮੈਂ ਪੇਸ਼ ਕਰਤਾ ਹੂੰ, ਬੜੀ ਮੁਹੱਬਤ ਕੇ ਸਾਥ ਸਮਾਤ ਫਰਮਾਈਏ। ਅਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين آمين يا أيها الذين آمنوا استعينوا بالصبر والصلاة إن الله مع الصابرين ولا تقولوا لمن يقتل في سبيل الله أموات بل أحياء ولكن لا تشعرون ولنبلونكم بشيء
شيء من الخوف والجوع ونقص من الأموال والأنفس والثمرات وبشر الصابرين الذين إذا أصابتهم مصيبة قالوا إنا لله وإنا إليه راجعون أولئك عليهم صلوات من ربهم ورحمة وأولئك هم المهتدون. تو یہ تھے شیخ اسودۂ صفیدہ اللہ تعالی. اب میں پیش کروں گا محترم الشیخ السعود الشریم حفظہ اللہ تعالی امام کعبہ. الحمد للہ رب العالمین الرحمن الرحیم مالک یوم الدین ایاک نعبد و ایاک نستعین اہدنا الصراط المستقیم صراط الذین انعمت علیہم غیر المغضوب علیہم ولا الضالین آمین. اعوذ باللہ السمیع العلیم من الشیطان الرجیم. آمن الرسول بما أنزل إليه من ربه والمؤمنون كل آمن بالله وملائكته وكتبه ورسله لا نفرق بين أحد من رسله وقالوا سمعنا وأطعنا غفرانك ربنا وإليك المصير لا يكلف الله نفسا إلا وسعها لها ما كسبت وعليها ما اكتسبت ربنا لا تؤاخذنا إن نسينا أو أخطأنا ربنا ولا تحمل علينا إصرا كما حملته على الذين من قبلنا ربنا ولا تحملنا ما لا طاقة لنا به واعف عنا واغفر لنا وارحمنا أنت مولانا فانصرنا على القوم الكافرين آمين. أما پیش کروں گا انشاءاللہ الشیخ ماہر المائکلی حفظہ اللہ تعالی. بسم اللہ الرحمن الرحیم. الحمد للہ رب العالمین الرحمن الرحیم مالک یوم الدین ایاک نعبد و ایاک نستعین اہدنا الصراط المستقیم صراط الذین انعمت علیہم غیر المغضوب علیہم ولا الضالین آمين. أعوذ بالله السميع العليم من الشيطان الرجيم. أفحسبتم أنما خلقناكم عبسا وأنكم إلينا لا ترجعون فتعالى الله الملك الحق لا إله إلا هو رب الأرش الكريم ومن يدع مع الله إلها آخر لا برهان له به فإنما حسابه عند ربه إنه لا يفلح الكافرون وقل رب اغفر وارحم وأنت خير الراحمين. اب میں انشاءاللہ پیش کروں گا امام مسجد نبوی بزرگ قاری محترم الشیخ علی بن عبد الرحمن الحذیفی حفظہ اللہ تعالی. جی امام مسجد نبوی محترم شیخ علی بن عبد الرحمن الحذیفی حفظہ اللہ تعالی امام مسجد نبوی. بسم اللہ الرحمن الرحیم. الحمد للہ رب العالمین الرحمن الرحیم
مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين آمين. إن الذين قالوا ربنا الله ثم استقاموا تتنزل عليهم الملائكة ألا تخافوا ولا تحزنوا أبشروا بالجنة التي كنتم توعدون نحن أولياؤكم في الحياة الدنيا وفي الآخرة ولكم فيها ما تشتهي أنفسكم ولكم فيها ما تدعون نزلا من غفور رحيم.